ਅਸਲਾਮ ਵਾਲੇਕੁਮ ਦੋਸਤੋ, ਉਮੀਦ ਕਰਨਾ ਜੀ ਠੀਕ ਹੋ ਗਏ। ਆਪਾਂ ਇੱਥੇ ਰੱਖਣ ਗਏ ਲੱਗੇ ਹਾਂ ਸੈਲਜ, ਅਤੇ ਬਸ ਦੀਵਾਰ ਢਾਹ ਦਿੱਤੀ, ਦੀਵਾਰ ਆ ਦਿੱਤੀ, ਅਲੱਗ ਹਰ ਸੁੱਖ ਰੱਖੇ। ਹੁਣ ਆਪਾਂ ਸੈਲਜ ਬਣਾਉਣ ਲੱਗੇ ਅਤੇ ਮਾਹੌਲ ਸ਼ੌਲ ਤੁਹਾਨੂੰ ਦਿਖਾਵਾਂਗੇ, ਅਤੇ ਇਸ ਜਗ੍ਹਾ 'ਤੇ ਰੱਖਣ ਲੱਗੇ। ਉਮੀਦ ਕਰਨਾ ਜੀ ਤੁਹਾਨੂੰ ਸਾਡੇ ਨਾਲ ਰਿਹਾ ਜੀ ਵਲੋਗ, ਜੀ ਕਿਵੇਂ ਸੈਲਜ ਬਣਦਾ ਤੁਹਾਨੂੰ ਮਾਹੌਲ ਪੂਰਾ ਦਿਖਾਵਾਂਗੇ। ਵਾਹ ਜੀ ਵਾਹ, ਅਲਹਮਦੁਲਿਲਾ ਜੀ ਸ਼ੁਰੂ ਹੋ ਗਈ ਮੱਕੀ, ਚਾਹ ਪੋ ਰਹੀ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸੈਲਜ ਬਣ ਰਿਹਾ ਜੀ। ਹਾਂਜੀ, ਪ੍ਰੈਸਿੰਗ ਹੋ ਰਹੀ ਹੈ ਜੀ, ਅਤੇ ਮਾਸ਼ਾਅੱਲਾ ਜੀ ਸੈਲਜ ਠੀਕ ਨਿਕਲ ਰਿਹਾ ਅਤੇ ਬੜਾ ਜ਼ਬਰਦਸਤ ਨਿਕਲ ਰਿਹਾ। ਅਤੇ ਦੂਸਰੀ ਟਰਾਲੀ ਆਉਣ ਵਾਲੀ ਹੈ ਅਤੇ ਆਪਣਾ ਬੰਕਰ ਸਹੀ ਬਣ ਗਿਆ ਜੀ। ਹਾਂ, ਜ਼ਬਰਦਸਤ ਬੰਕਰ ਸੈਲਜ ਹੈ ਕਿ ਤੁਹਾਨੂੰ ਕਹਿਣਾ ਚੈੱਕ ਕਰਾ ਲਈ। ਪੂਰੀ ਛੱਲੀ ਕੁਤਰੀ ਹੋਈ ਹੈ, ਕੋਈ ਵਿੱਚ ਛੱਲੀ ਨਹੀਂ ਉਤਾਰੀ ਗਈ। ਹਾਂ, ਛੱਲੀ ਨਹੀਂ ਉਤਾਰੀ ਗਈ, ਸਾਰ ਵਿੱਚ ਛੱਲੀ ਕੁਤਰੀ ਗਈ। ਜਿਹੜਾ 70-80 ਮਣ ਦਾਣਾ ਸੀ ਵਿੱਚੇ ਕੁਤਰਿਆ ਗਿਆ। ਉਹ ਟਰਾਲੀ ਆਪਣੀ ਆ ਰਹੀ ਸਾਰੇ ਦੀ ਦੂਸਰੀ, ਉਹ ਜਾ ਰਹੀ ਸੈਲਜ ਸੈਲਜ ਇੱਧਰੋਂ ਗੁੰਮ ਕੇ ਇੱਥੇ ਆਉਣੀ। ਆ ਬਾਕੀ ਆਪਣੀ ਦਿਤਾੜ ਹੋ ਰਹੀ ਅਤੇ ਹਾਂਜੀ, ਮਾਸ਼ਾਅੱਲਾ ਆਪਣਾ ਦਾਂਦ ਵੀ ਬੜਾ ਪਿਆਰਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਅਲਹਮਦੁਲਿਲਾ ਜੀ ਤੀਸਰੀ ਟਰਾਲੀ ਆਪਣੀ ਪਿੱਲੇ 'ਚ ਜਾ ਰਹੀ ਹੈ।
ਤੇ ਮੱਕੀ ਆਏ ਪਈ ਆ, ਮੱਕੀ ਵੇਖ ਲਓ ਹਾਲਾਤ ਇਹ ਹਾਲਾਤ ਹੋ ਗਏ ਗਰਮੀ ਨਾਲ ਹੈਂ। ਲੇਬਰ ਆਪਣੀ ਲੱਗੀ ਆ ਹੈਂ, ਤੇ ਮਾਲ ਮੂਲ ਜਿਹੜਾ ਨਾ ਚੱਲ ਰਿਹਾ, ਤੇ ਮੱਕੀ ਗਰਮੀ ਕਾਫੀ ਆ, ਬਸ ਕੀ ਕਰੀਏ ਯਾਰ ਮਜ਼ਬੂਰੀ ਬਣਾਉਣ ਦੀ। ਅਲਹਮਦੁਲਿਲਾ ਜੀ ਆਪਣਾ ਸੈਲੇਜ ਜਿਹੜਾ ਨਾ ਮੁਕੰਮਲ ਆਇਆ ਪਿਆ, ਤਿੰਨ ਟਰਾਲੀਆਂ ਏਕੜੇ 'ਚ ਬਣੀਆਂ, ਅਤੇ ਆਪਾਂ ਹੁਣ ਦਾ ਮੁਕੰਮਲ ਕਰਕੇ ਉਹਨੂੰ ਲਿਪਾਈ ਕਰਾਂਗੇ ਸੁਬਾਹ ਇਨਸ਼ਾਅੱਲਾ। ਅਤੇ ਹਰ ਵੀਡੀਓ 'ਚ ਮੈਂ ਆਪਣੇ ਦਾਂਦ ਨੂੰ ਵਿੱਚ ਲਿਆ ਰਿਹਾ, ਅਤੇ ਦਾਂਦ ਮੇਰਾ ਬੜਾ ਪਿਆਰਾ ਹੈ, ਅਤੇ ਬਸ ਸੈਲੇ 'ਚ ਸੁੱਪ ਮੁਕੰਮਲ ਕਰ ਦੇਵਾਂਗੇ। ਆਹ ਆਪਣੇ ਡੰਗਰ ਹੈਗੇ ਕੁਛ ਆਏ ਖੜੇ ਆ, ਕੁਛ ਆਏ ਖੜੇ ਆ, ਕੁਛ ਉਹ ਖੜੇ ਆ, ਬਸ ਜਿਹੜਾ ਨਾ ਹੁਣ ਆਪਾਂ ਬੈਠੇ ਹਾਂ ਡੰਗਰਾਂ ਦੇ ਕੋਲ, ਅਤੇ ਬਸ ਜਿਹੜਾ ਨਾ ਤੁਹਾਨੂੰ ਯਾਦ ਰੱਖਿਆ ਤੁਹਾਨੂੰ ਇਨਸ਼ਾਅੱਲਾ ਤੁਹਾਨੂੰ ਮੁਕੰਮਲ ਦੱਸਾਂਗੇ ਸੈਲੇਜ ਦੇ ਬਾਰੇ। ਅਤੇ ਦੂਸਰੇ ਦਿਨ ਦਾ ਕਲਿੱਪਾਂ ਨੂੰ ਪਾ ਦਿੰਦੇ ਜੀ, ਆਪਣਾ ਸੈਲੇਜ ਬਿਲਕੁਲ ਤਿਆਰ ਹੋ ਗਿਆ। ਚਲੋ ਕਰ ਲੈਣੇ ਦਾੜਾ ਆਪਣੀ ਮੁਕੰਮਲ ਹੋ ਗਈ। ਆਪਾਂ ਹੁਣ ਸਖੇ ਬੰਦੇ ਵੇਖ ਲੋ ਤੇ ਬੰਦੇ ਕਿਉਂ ਹੋ ਜਾਣ ਚਿਰੰਗੇ